हिम्मत जेड़े काम नूं लक बन खलोवे ते सुक्का कंडा खिड़ के गुलदस्ता होवे। तुसी आ मैडल देख रहे हो, ये शील्डां देख रहे हो, ये इनाम देख रहे हो, ये इस कुड़ी दे जे एक पासे ना तकड़ी च ये मैडल पा दिते जा ते दूजे पासे सरोज नूं बिठाया जाए ते सरोज वाला छाबा आसमान तक जाएगा मैडलां ना पार इना ज्यादे। खुराक नहीं मिलती, रोटी नहीं मिलती। मैं क्या भी मैं गेमां चो ना हटाओ, चाहे मैं चाह भी ना मिले, रोटी भी ना मिले, पर मैं गेमां नहीं छड़दी। कुछ करन दी तांग सानू हमेशा मंजिल तक पहुंचाउंदी है। अजिही ही तांग रखण तो बाद 50 साला औरत वालों अज मल्लां मारियां जा रहियां ने। इस औरत दे विच इन्ना जज्बा है कि वह मिसाल बनी हुई है हरेक औरत दे लई। दरअसल 10 सालां दी उम्र तो जिमनास्टिक दे विच अपनी गेम शुरू करन वाली यह औरत अज हर एक लई प्रेरणा दा स्रोत बन के उभर रही है। सरोज राणी नामक 50 साला औरत हुण तक 250 दे करीब मैडल जीत चुकी है। बड़े ही गरीब परिवार दे विच जम्मी सरोज राणी इस मुकाम तक इन्नी मुश्किलां दे विच पहुंची है कि उसने हिम्मत नहीं हारी, सरकारी नौकरी भी हासिल की। माता पिता की सेवा लई सरोज राणी ने विआह तक नहीं करवाया, भैण दा विआह कीता ते घर दी हर जिम्मेवारी नूं निभाया। सरोज राणी का कहना है कि असीं बड़ी गरीबी देखी है, अपने पिता दे नाल रेहड़ी उपर भांडे भी धोते ने। इत्थों तक कि जिहड़े घर दे विच सरोज राणी रह रही है उसका कहना सी कि इस घर दे विच पेंट भी उसने खुद किया। सरोज राणी ने औरतों को अपील की है कि कदे भी हौसला नहीं छड़ना चाहिए। हुण तक मैं जी जिमनास्टिक अथलैटिक्स ते योगा दे विच 250 दे करीब मैडल जीत चुकी हाँ, भी जिहदे विच गोल्ड सिल्वर ते ब्राउंज भी ने। ਕਿੱਦਾਂ ਘਰ ਦੇ ਹਾਲਾਤ ਕਿੱਦਾਂ ਦੇ ਸੀ ਜਦੋਂ ਤੁਹਾਨੂੰ ਗੇਮ ਸ਼ੁਰੂ ਕੀਤੀ? ਕਿੰਨੀ ਉਮਰ ਤੋਂ ਗੇਮ ਸ਼ੁਰੂ ਕੀਤੀ? ਗੇਮ ਸ਼ੁਰੂ ਮੈਨੇ 10 ਸਾਲ ਦੀ ਉਮਰ ਤੋਂ ਕੀਤੀ। ਘਰ ਦੇ ਹਾਲਾਤ ਬਹੁਤ ਹੀ ਮਾੜੇ ਸੀ, ਗਰੀਬੀ ਬਹੁਤ ਹੀ ਜ਼ਿਆਦਾ ਸੀ, ਅੱਤ ਦੀ ਗਰੀਬੀ ਸੀ, ਜਿਹਦੇ ਵਿੱਚ ਮੈਨੂੰ ਕਦੀ ਰੋਟੀ ਦਾ ਦੂਰ ਦੀ ਗੱਲ ਚਾਹ ਵੀ ਬੜੀ ਮੁਸ਼ਕਲ ਨਾਲ ਮੈਨੂੰ ਮਿਲਦੀ ਸੀ। ਜਿਮਨਾਸਟਿਕ ਦੇ ਵਿੱਚ, ਜਿਮਨਾਸਟਿਕ ਤੋਂ ਬਾਅਦ ਤੁਸੀਂ ਐਥਲੀਟ ਦੇ ਗੇਮ 'ਚ ਕਿੱਦਾਂ ਆਏ, ਕਿਹਨੇ ਪ੍ਰੇਰਿਤ ਕੀਤਾ? ਉਡਾਰੀ ਅੰਕਲ ਜੀ, ਪ੍ਰੋਫੈਸਰ ਚਰਨਜੀਤ ਸਿੰਘ ਉਡਾਰੀ ਅਤੇ ਸਰਬਜੀਤ ਸਿੰਘ ਰੇਖੀ ਵੀਰ ਜੀ, ਅਮਰਜੀਤ ਸਿੰਘ ਟੀਟੂ ਵੀਰ ਜੀ, ਹਰਿਓ ਮਿੱਤਰ ਵੀਰ ਜੀ ਨੇ ਮੈਨੂੰ ਬਹੁਤ ਹੀ ਮੋਟੀਵੇਟ ਕੀਤਾ ਵੀ ਤੂੰ ਹੋਰ ਵੀ ਕੋਈ ਕੁਛ ਕਰ, ਵੀ ਜਿਮਨਾਸਟਿਕ ਦੇ ਨਾਲ ਨਾਲ, ਕਿਉਂਕਿ ਇੰਨੀ ਉਮਰ 'ਚ ਜਿਮਨਾਸਟਿਕ ਹੋ ਨਹੀਂ ਸਕਦੀ। ਫਿਰ ਮੈਂ ਐਥਲੈਟਿਕਸ ਸ਼ੁਰੂ ਕਰ ਦਿੱਤੀ ਵੀ ਭੱਜ ਤਾਂ ਹੁਣ ਮੈਂ ਸਕਦੀ ਹਾਂ ਅਤੇ ਯੋਗਾ ਵੀ ਕਰ ਸਕਦੀ ਹਾਂ। ਘਰ ਦੇ ਹਾਲਾਤ ਕਿੱਦਾਂ ਦੇ ਸੀ? ਮਤਲਬ ਕਹਿਣ ਦਾ ਮਤਲਬ ਵੀ ਤੁਸੀਂ ਗੇਮ ਸ਼ੁਰੂ ਕਰਤੀ, ਖੁਰਾਕ ਪ੍ਰੋਪਰ ਮਿਲਦੀ ਸੀ, ਨਹੀਂ ਮਿਲਦੀ ਸੀ? ਘਰ ਦੇ ਹਾਲਾਤ ਤਾਂ ਬਹੁਤ ਹੀ ਮਾੜੇ ਸੀ। ਗੇਮ ਤਾਂ ਸ਼ੁਰੂ ਕਰਤੀ, ਮੇਰੇ ਮਦਰ ਵੀ ਕਹਿੰਦੇ ਸੀ ਵੀ ਤੂੰ ਖੁਰਾਕ ਨਹੀਂ ਮਿਲਦੀ, ਰੋਟੀ ਨਹੀਂ ਮਿਲਦੀ। ਮੈਂ ਕਿਹਾ ਵੀ ਮੈਨੂੰ ਗੇਮਾਂ 'ਚੋਂ ਨਾ ਹਟਾਓ, ਚਾਹੇ ਮੈਨੂੰ ਚਾਹ ਵੀ ਨਾ ਮਿਲੇ, ਰੋਟੀ ਵੀ ਨਾ ਮਿਲੇ, ਪਰ ਮੈਂ ਗੇਮਾਂ ਨਹੀਂ ਛੱਡਦੀ। ਸ਼ੌਂਕ ਸੀ ਬਹੁਤ ਹੀ ਜ਼ਿਆਦਾ ਮੈਨੂੰ, ਰੁਚੀ ਬਚਪਨ ਤੋਂ ਹੀ ਸੀ। ਜਦੋਂ ਮੈਂ ਦੂਜਿਆਂ ਦੇਖਦੀ ਸੀ ਐਡੇ ਐਡੇ ਸਟੇਜ 'ਤੇ ਜਾ ਕੇ ਮੈਡਲ ਮਿਲਦੇ ਨੇ, ਉਹਨਾਂ ਨੂੰ ਟਰੋਫੀਆਂ ਮਿਲਦੇ ਨੇ, ਅਵਾਰਡ ਮਿਲਦੇ ਨੇ, ਵੀ ਮੈਂ ਵੀ ਕੁਛ ਨਾ ਕੁਛ ਇਹੋ ਜਿਹਾ ਕਰਕੇ ਦਿਖਾਵਾਂ ਜਿਹਦੇ ਨਾਲ ਮੇਰੇ ਵੀ, ਮੇਰੇ ਘਰ ਦਾ, ਮੇਰੇ ਸਮਾਜ ਦਾ, ਮੇਰੇ ਆਂਢੇ ਗੁਆਂਢ ਦਾ ਮੇਰਾ ਨਾਮ ਰੋਸ਼ਨ ਹੋਵੇ। ਵਾਰਾਣਸੀ ਤੋਂ ਵੀ ਤੁਸੀਂ ਕੁਛ ਮੈਡਲ ਜਿੱਤ ਕੇ ਲਿਆਏ ਹੋ, ਕਿਹੜੇ ਕਿਹੜੇ ਮੈਡਲ ਨੇ? ਵਾਰਾਣਸੀ ਤੋਂ ਮੈਂ ਯੂਪੀ ਹੁਣੇ ਨੈਸ਼ਨਲ ਲੈਵਲ 'ਤੇ ਜਾ ਕੇ ਆਈ ਹਾਂ ਮਾਸਟਰ ਗੇਮਜ ਅਥਲੈਟਿਕਸ ਦੇ ਵਿੱਚ। 5000 ਮੀਟਰ ਦੌੜ ਦੇ ਵਿੱਚ ਮੇਰਾ ਗੋਲਡ ਮੈਡਲ ਆ ਜੀ, 5 ਕਿਲੋਮੀਟਰ ਵਾਕ ਦੇ ਵਿੱਚ ਮੇਰਾ ਬਰੌਂਜ ਮੈਡਲ ਆ ਜੀ, 10,000 ਮੀਟਰ ਦੌੜ ਦੇ ਵਿੱਚ ਮੇਰਾ ਜੀ ਸਿਲਵਰ ਮੈਡਲ ਆ ਜੀ, 4x100 ਮੀਟਰ ਦੇ ਵਿੱਚ ਮੇਰਾ ਸਿਲਵਰ ਮੈਡਲ ਆ ਜੀ। ਤੁਹਾਡੀ ਕਿੰਨੀ ਉਮਰ ਹੋ ਗਈ ਸਰੋਜ? ਹੁਣ ਜੀ 50+ ਦੇ ਵਿੱਚ ਮੈਂ ਖੇਡ ਰਹੀ ਹਾਂ। 50 ਸਾਲ ਦੀ ਉਮਰ ਦੇ ਵਿੱਚ ਇੰਨਾ ਜਜ਼ਬਾ ਖੇਡ ਦੇ ਪ੍ਰਤੀ, ਗੇਮ ਦੇ ਪ੍ਰਤੀ, ਕੌਣ ਪ੍ਰੇਰਿਤ ਕਰਦਾ ਤੁਹਾਨੂੰ ਵੀ? ਕਿਉਂਕਿ ਇਸ ਉਮਰ ਦੇ ਵਿੱਚ ਆਪਾਂ ਆਮ ਤੌਰ 'ਤੇ ਦੇਖਦੇ ਹਾਂ ਚਾਹੇ ਜੈਂਟਸ ਨੇ ਚਾਹੇ ਲੇਡੀਜ਼ ਨੇ ਘਰੇ ਬਹਿ ਜਾਂਦੀਆਂ ਨੇ, ਪਰ ਤੁਸੀਂ ਗੇਮ ਖੇਡ ਕੇ ਮੈਡਲ ਜਿੱਤ ਕੇ ਲਿਆ ਰਹੇ ਹੋ। ਹਾਂਜੀ ਅੰਕਲ ਜੀ, ਉਡਾਰੀ ਅੰਕਲ ਜੀ ਬਹੁਤ ਹੀ ਵਧੀਆ ਨੇ, ਉਹ ਵੀ ਮੈਨੂੰ ਪ੍ਰੇਰਿਤ ਕਰਦੇ ਨੇ। ਸਰਬਜੀਤ ਸਿੰਘ ਰੇਖੀ ਵੀਰ ਜੀ, ਉਹ ਵੀ ਮੈਨੂੰ ਬਹੁਤ ਮੋਟੀਵੇਟ ਕਰਦੇ ਨੇ। ਸੰਜੇ ਕੋਚ, ਉਹ ਵੀ ਮੇਰੇ ਬਹੁਤ ਹੀ ਜ਼ਿਆਦਾ ਮੋਟੀਵੇਟ ਕਰਦੇ ਨੇ। ਜਦੋਂ ਮੈਂ ਜਾਂਦੀ ਹਾਂ ਤਾਂ ਮੈਡਲ ਲੈ ਕੇ ਆਉਂਦੀ ਹਾਂ ਤਾਂ ਫਿਰ ਬਹੁਤ ਹੀ ਜ਼ਿਆਦਾ ਖੁਸ਼ੀ ਮਨਾਉਂਦੇ। ਮੇਰੇ ਸਕੂਲ ਦੇ ਸਟਾਫ, ਪ੍ਰਿੰਸੀਪਲ, ਸਮੂਹ ਸਟਾਫ ਬੇਨੜਾ, ਧੂਰੀ ਪਿੰਡ ਅਤੇ ਝੰਡੂ ਕੇ ਪਿੰਡ ਬਠਿੰਡਾ ਜੀ। ਤੁਸੀਂ ਸਰਕਾਰੀ ਨੌਕਰੀ ਕਰਦੇ ਹੋ, ਕਿਹੜੀ ਜਗ੍ਹਾ 'ਤੇ ਕਰਦੇ ਹੋ? ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਬੇਨੜਾ, ਸੰਗਰੂਰ ਵਿਖੇ ਬਤੌਰ ਲੈਕਚਰਰ ਡਿਊਟੀ ਨਿਭਾ ਰਹੀ ਹਾਂ ਮੈਂ, ਫਿਜ਼ੀਕਲ ਐਜੂਕੇਸ਼ਨ ਦੀ। ਜੇ ਵਿਆਹ ਦੀ ਗੱਲ ਕਰੀਏ, ਸੁਣਨ ਦੇ ਵਿੱਚ ਇਹ ਵੀ ਆਇਆ ਕਿ ਸਿਰਫ ਮਾਤਾ ਪਿਤਾ ਦੀ ਸੇਵਾ ਕਰਕੇ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਿਆਹ ਨਹੀਂ ਕਰਵਾਇਆ। ਹਾਂਜੀ, ਮਾਤਾ ਪਿਤਾ ਦੀ ਸੇਵਾ ਕਰਨ ਦੇ ਲਈ ਮੈਂ ਵਿਆਹ ਨਹੀਂ ਕਰਾਇਆ, ਕਿਉਂਕਿ ਉਹਨਾਂ ਦੀ ਸੇਵਾ ਕਰਨ ਵਾਲਾ ਹੋਰ ਕੋਈ ਨਹੀਂ ਸੀ। ਬਹੁਤ ਹੀ ਜ਼ਿਆਦਾ ਬਜ਼ੁਰਗ ਸੀ ਅਤੇ ਉਹਨਾਂ ਦੀ ਯਾਦਦਾਸ਼ਤ ਜਾ ਚੁੱਕੀ ਸੀ ਮੇਰੇ ਮਦਰ ਦੀ।
ਫਾਦਰ ਬਜ਼ੁਰਗ ਸੀ ਬਹੁਤ ਹੀ ਜ਼ਿਆਦਾ। ਤੁਸੀਂ ਰੇਖੀ ਸਾਹਿਬ ਦੀ ਗੱਲ ਕੀਤੀ ਹੈ, ਰੇਖੀ ਸਾਹਿਬ ਕਿੱਦਾਂ ਕਿਹੜੇ ਤਰੀਕੇ ਨਾਲ ਤੁਹਾਨੂੰ ਮੋਟੀਵੇਟ ਕਰਦੇ ਜੀ ਵੀ ਤੁਸੀਂ ਅੱਗੇ ਵਧੋ? ਹਾਂਜੀ ਉਹ ਬਹੁਤ ਹੀ ਜ਼ਿਆਦਾ ਮੈਨੂੰ ਉਤਸ਼ਾਹਿਤ ਕਰਦੇ ਨੇ ਵੀ ਕੋਈ ਗੱਲ ਨਹੀਂ ਜੇ ਕਿਤੇ ਨਿਊਕੀ ਵੀ ਹੋ ਗਈ ਮੈਡਲ 'ਚ ਤਾਂ ਵੀ ਕਹਿੰਦੇ ਕੋਈ ਗੱਲ ਨਹੀਂ ਤੂੰ ਹੌਸਲਾ ਨਾ ਛੱਡ ਤੇ ਜਿੱਤ ਕੇ ਹੀ ਆਉਣਾ, ਪਾਰਟੀਸਪੇਟ ਜ਼ਰੂਰ ਕਰਨਾ ਹੀ ਕਰਨਾ, ਹੋਰ ਬੱਚੇ ਅਸੀਂ ਤੇਰਾ ਸਾਥ ਦੇਵਾਂਗੇ। ਹੋਰ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ? ਬੱਚਿਆਂ ਨੂੰ ਇਹੀ ਕਹਿਣਾ ਚਾਹਾਂਗੀ ਮੈਂ ਵੀ ਪੜ੍ਹਾਈ ਦੇ ਨਾਲ ਨਾਲ ਵੀ ਤੁਸੀਂ ਖੇਡਾਂ ਵੱਲ ਵੀ ਜ਼ਰੂਰ ਧਿਆਨ ਦੇਵੋ, ਕਿਉਂਕਿ ਅੱਜ ਕੱਲ੍ਹ ਜਿਹੜੇ ਬੱਚੇ ਨੇ ਮੋਬਾਈਲ ਦੇ ਵਿੱਚ ਹੀ ਪਏ ਰਹਿੰਦੇ ਨੇ ਜਿਹਦੇ ਨਾਲ ਉਹ ਕਾਫੀ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਨੇ। ਮੈਂ ਇਹੀ ਸੁਨੇਹਾ ਦੇਵਾਂਗੀ ਵੀ ਆਪਣੇ ਮਾਂ ਬਾਪ ਦਾ ਆਪਣੇ ਗੁਰੂਆਂ ਦਾ ਸਤਿਕਾਰ ਕਰੋ ਅਤੇ ਖੇਡਾਂ ਵਿੱਚ ਜ਼ਰੂਰ ਭਾਗ ਲਵੋ ਅਤੇ ਵੱਧ ਤੋਂ ਵੱਧ ਮੈਡਲ ਪ੍ਰਾਪਤ ਕਰੋ। ਮੇਰੀ ਇਹੀ ਖੁਆਇਸ਼ ਆ ਬੱਚੇ ਮੇਰੇ ਨੇ ਜਿਹੜੇ ਸਿਖਾਏ ਹੋਏ ਇੰਟਰਨੈਸ਼ਨਲ ਪੱਧਰ ਤੱਕ ਉਹ ਭਾਗ ਲੈਣ। ਦੇਖੋ ਸਰੋਜ ਦੀ ਜਿਹੜੀ ਹਿਸਟਰੀ ਦਾ ਸਾਰਾ ਜਿਹੜਾ ਦੱਸਿਆ, ਸਰੋਜ ਨੇ ਨਿਮਨ ਬੜੇ ਗਰੀਬ ਪਰਿਵਾਰ 'ਚੋਂ ਪੈਦਾ ਹੋਈ, ਆਪਣੇ ਆਪ ਆਪਣੇ ਬਲਬ ਉੱਤੇ ਲੋਕਾਂ ਦੇ ਘਰ ਭਾਂਡੇ ਮਾਜ ਕੇ ਗੁਜ਼ਾਰਾ ਕਰਨਾ, ਉਸ ਲੇਵਲ 'ਤੇ ਆ ਕੇ ਨਾਲ ਨਾਲ ਉਹਨੇ ਪੜ੍ਹਾਈ ਵਗੈਰਾ ਕੀਤੀ, ਬਹੁਤ ਆਪਣੇ ਆਪ 'ਚ ਵੱਡੀ ਗੱਲ ਹੈ। ਅਸੀਂ ਮਾਣ ਕਰਦੇ ਹਾਂ ਸੰਗਰੂਰ ਦੀ ਬੇਟੀ, ਆਹ ਸੰਗਰੂਰ ਦੀ ਸਾਰੇ ਸੰਗਰੂਰ ਦੀ ਬੇਟੀ, ਪੰਜਾਬ ਦੀ ਬੇਟੀ ਹੈ, ਦੂਰ ਦੁਰਾਡੇ ਵੱਖ ਵੱਖ ਸ਼ਹਿਰਾਂ ਜਾ ਕੇ ਐਡੇ ਵੱਡੇ 250 ਕਰੀਬ ਮਤਲਬ ਮੈਡਲ ਵਗੈਰਾ ਜਿੱਤਣਾ ਆਪਣੇ ਆਪ 'ਚ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ। ਅਤੇ ਤੁਹਾਡੇ ਮਾਧਿਅਮ ਨਾਲ ਇਹ ਮੈਂ ਕਹੂੰਗਾ ਜਦੋਂ ਤੱਕ ਤੁਹਾਡੀ ਇਹ ਸਟੋਰੀ ਇਹਦੀ ਦੂਰ ਦੁਰਾਡੇ ਤੱਕ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿਦੇਸ਼ਾਂ ਜਾਵੇ, ਤਾਂ ਜਿਵੇਂ ਆਪਾਂ ਆਪਣੇ ਬੱਚੇ ਦੀ ਕਿਵੇਂ ਫੇਸਬੁੱਕ 'ਤੇ ਛੋਟਾ ਜਿਹਾ ਕੋਈ ਮੈਡਲ ਜਿੱਤਾ ਕਿਵੇਂ ਆਪਾਂ ਲਾਈਕ ਕਮੈਂਟ ਭਰਦੇ ਹਾਂ ਅਤੇ ਵੱਧ ਤੋਂ ਵੱਧ ਸ਼ੇਅਰ ਕਰਨ, ਤਾਂ ਕਿ ਇਹ ਪ੍ਰੇਰਣਾ ਸਰੋਤ। ਅਤੇ ਤੁਹਾਡੇ ਮਾਧਿਅਮ ਨਾਲ ਇਹ ਵੀ ਜ਼ਰੂਰ ਕਹੂੰਗਾ ਜਿਹੜੇ ਸਮੇਂ ਦੇ ਸਰਕਾਰਾਂ ਨੇ ਉਹ ਇਸ ਲੜਕੀ ਨੂੰ CM ਸਾਹਿਬ ਚੰਨੀ ਸਾਹਿਬ ਜਾਂ ਉਹਦੇ ਵਿਜੇਂਦਰ ਸਿੰਘ ਦਾ ਸਪੈਸ਼ਲ ਤੌਰ 'ਤੇ ਇਹਨਾਂ ਨੂੰ ਪੰਜਾਬ ਲੈਵਲ ਦਾ ਜਾਂ ਉੱਚ ਤੱਕ 'ਤੇ ਸੈਂਟਰ ਲੈਵਲ ਦਾ ਕੋਈ ਇਹਨੂੰ ਅਵਾਰਡ ਮਿਲੇ, ਤਾਂ ਕਿ ਹੋਰਾਂ ਬੱਚਿਆਂ ਵਾਸਤੇ ਇਹ ਪ੍ਰੇਰਣਾ ਸੋਧ ਹੋਵੇ। ਬੇਟਾ ਗੱਲ ਇਹ ਹੈ ਕਿ ਸਰੋਜ ਰਾਣੀ ਨਾ ਸਿਰਫ ਸੰਗਰੂਰ ਦਾ, ਪੰਜਾਬ ਦਾ, ਦੇਸ਼ ਦਾ ਇੱਕ ਮਾਣ ਹੈ। ਹਿੰਮਤ ਜਿਹੜੇ ਕੰਮ ਨੂੰ ਲੱਕ ਬੰਨ ਖਲੋਵੇ ਅਤੇ ਸੁੱਕਾ ਕੰਡਾ ਖਿੜ ਕੇ ਗੁਲਦਸਤਾ ਹੋਵੇ। ਇਸ ਕੁੜੀ ਨੇ ਮਿਹਨਤ ਨਾਲ, ਲਗਨ ਨਾਲ, ਹਿੰਮਤ ਨਾਲ ਔਰ ਅਭਿਆਸ ਨਾਲ ਉਹ ਪ੍ਰਾਪਤੀਆਂ ਕੀਤੀਆਂ ਹਨ ਜਿਨ੍ਹਾਂ 'ਤੇ ਜਿੰਨਾ ਵੀ ਮਾਣ ਕੀਤਾ ਜਾਏ ਉਹ ਥੋੜ੍ਹਾ। ਗੁਰਬਤ ਨਾਲ ਲੜ ਕੇ ਇਸ ਕੁੜੀ ਨੇ ਅੱਜ ਉਹ ਕੁਛ ਪ੍ਰਾਪਤ ਕੀਤਾ ਪੰਜਾਬ ਲਈ, ਸ਼ਾਇਦ ਹੀ ਜਿਹੜਾ ਕਿਸੇ ਹਿੱਸੇ ਆਇਆ ਹੋਵੇ। ਤੁਸੀਂ ਆਹ ਮੈਡਲ ਦੇਖ ਰਹੇ ਹੋ, ਇਹ ਸ਼ੀਲਾਂ ਦੇਖ ਰਹੇ ਹੋ, ਇਹ ਇਨਾਮ ਦੇਖ ਰਹੇ ਹੋ। ਇਹ ਇਸ ਕੁੜੀ ਦੇ ਜੇ ਇੱਕ ਪਾਸੇ ਨਾ ਤੱਕੜੀ 'ਚ ਇਹ ਮੈਡਲ ਪਾ ਦਿੱਤੇ ਜਾਣ ਅਤੇ ਦੂਜੇ ਪਾਸੇ ਸਰੋਜ ਨੂੰ ਬਿਠਾਇਆ ਜਾਏ ਅਤੇ ਸਰੋਜ ਵਾਲਾ ਛਾਬਾ ਅਸਮਾਨ ਤੱਕ ਜਾਏਗਾ। ਮੈਡਲਾਂ ਦਾ ਭਾਰ ਇੰਨਾ ਜ਼ਿਆਦਾ, ਮੈਡਲਾਂ ਦਾ ਭਾਰ ਜ਼ਿਆਦਾ ਅਤੇ ਕੁੜੀ ਦਾ ਭਾਰ ਥੋੜ੍ਹਾ। ਜਦੋਂ ਇਹ ਪ੍ਰੈਕਟਿਸ ਕਰਦੀ ਸੀ, ਕੋਈ ਮੰਨ ਸਕਦਾ ਕਿ ਦੁੱਧ ਤਾਂ ਬਹੁਤ ਦੂਰ ਦੀ ਗੱਲ ਹੈ, ਇੱਕ ਚਾਹ ਦਾ ਕੱਪ ਵੀ ਪੀਣ ਜੋਗਾ ਇਹਦੇ ਕੋਲ ਨਹੀਂ ਸੀ ਹੁੰਦਾ। ਇਹ ਕੁੜੀ ਗਰਾਊਂਡ ਤੋਂ ਕਾਲਜ ਤੱਕ ਜਾਣ ਲਈ ਟਾਈਮ ਨਹੀਂ ਸੀ ਹੁੰਦਾ, ਤੁਰੇ ਜਾਂਦੇ ਕਿਸੇ ਨੂੰ ਕਹਿੰਦੀ ਉਹ ਵੀਰਿਆ ਮੈਨੂੰ ਬਿਠਾ ਕੇ ਉਹ ਤੱਕ ਛੱਡ ਦੇ। ਇਸ ਤਰ੍ਹਾਂ ਦੀ ਗੁਰਬਤ 'ਚ ਲੋਕਾਂ ਦੇ ਘਰ ਭਾਂਡੇ ਮਾਂਜੇ, ਸਫਾਈਆਂ ਕੀਤੀਆਂ, ਮਾਂ ਬਾਪ ਨੇ ਮਿਹਨਤ ਕੀਤੀ ਔਰ ਮਿਹਨਤ ਕਰਕੇ ਜਿੱਥੇ ਇਸ ਕੁੜੀ ਨੇ ਕਹਿੰਦੀ ਜਦੋਂ ਮੈਂ ਗਰਾਊਂਡ 'ਚ ਦੇਖਦੀ ਸੀ ਕਿਸੇ ਨੂੰ ਭੱਜਦਾ ਅਤੇ ਮੈਂ ਕਹਿੰਦੀ ਕਹਿੰਦੇ ਮੈਂ ਵੀ ਇੱਦਾਂ ਦਾ ਟਰੈਕ ਸੂਟ ਪਾਵਾਂਗੀ, ਇਹਦੇ ਕੋਲ ਬਨੈਨ ਵੀ ਨਹੀਂ ਸੀ ਹੁੰਦੀ। ਉਸ ਗੁਰਬਤ 'ਚ ਉੱਠ ਕੇ ਇਹਨੇ ਖੇਡਾਂ ਦੇ ਖੇਤਰ 'ਚ ਵੀ ਔਰ ਐਜੂਕੇਸ਼ਨ ਦੇ ਖੇਤਰ 'ਚ ਵੀ MED 'ਚ ਇਹਨੇ ਫਸਟ ਕਲਾਸ ਲਈ ਔਰ ਇਹ ਕੁਝ ਪ੍ਰਾਪਤ ਕਰਕੇ ਅੱਜ ਲੈਕਚਰਰ ਬਣ ਕੇ ਇਹਨੇ ਆਪਣੇ ਮਾਂ ਬਾਪ ਦਾ ਇੱਕ ਘਰ ਵੀ ਬਣਾਇਆ, ਭੈਣਾਂ ਨੂੰ ਵੀ ਘਰ ਬਣਾ ਕੇ ਦਿੱਤੇ, ਉਹਨਾਂ ਦੇ ਵਿਆਹ ਸ਼ਾਦੀਆਂ ਕੀਤੀਆਂ, ਲੇਕਿਨ ਆਪਣੀ ਕੁਰਬਾਨੀ ਕੀਤੀ। ਇਸ ਤਰ੍ਹਾਂ ਦਾ ਬੰਦਾ ਮੈਂ ਸਮਝਦਾ ਕਿ ਸਾਡੇ ਦੇਸ਼ ਲਈ, ਪੰਜਾਬ ਲਈ, ਪਰ ਕਿਸੇ ਨੇ ਇਹਦਾ ਮੁੱਲ ਨਹੀਂ ਪਾਇਆ। ਇਹ ਮੈਡਲ ਦੀਆਂ ਪ੍ਰਾਪਤੀਆਂ ਜ਼ਰੂਰ ਹਨ, ਪਰ ਸਰਕਾਰੀ ਨੌਕਰੀ ਜਿਹੜੀ ਹੈ ਗੇਮ ਕਰਕੇ ਇਹਦੇ ਇੰਨੇ ਜ਼ਿਆਦਾ ਮੈਡਲ ਸੀ ਕਿ ਇਹਨੂੰ ਕਿਸੇ ਤਰ੍ਹਾਂ ਇਗਨੋਰ ਕੀਤਾ ਹੀ ਨਹੀਂ ਸੀ ਜਾ ਸਕਦਾ। ਲੇਕਿਨ ਵਕਤ ਦੀਆਂ ਸਰਕਾਰਾਂ ਨੇ ਇਹਨੂੰ ਸਟੇਟ ਅਵਾਰਡ ਤਾਂ ਕੋਈ ਗੱਲ ਹੀ ਨਹੀਂ ਇਹਦੇ ਵਾਸਤੇ, ਇਹਨੂੰ ਤਾਂ ਕੋਈ ਰਾਸ਼ਟਰੀ ਇਨਾਮ ਮਿਲਣਾ ਚਾਹੀਦਾ। ਮੈਂ ਤਾਂ ਚਾਹੁੰਦਾ ਕਿ ਇਹਨੂੰ ਵੱਡੇ ਤੋਂ ਵੱਡਾ ਜਿਹੜਾ ਕੋਈ ਖੇਡ ਦੀ ਪ੍ਰਾਪਤੀਆਂ ਦਾ ਇਨਾਮ ਹੈ, ਕਿਉਂਕਿ ਇਸਨੇ ਸਿਰਫ ਖੇਡਾਂ 'ਚ ਪ੍ਰਾਪਤੀ ਨਹੀਂ ਕੀਤੀ, ਇਹਨੇ ਗੁਰਬਤ ਨਾਲ ਵੀ ਕੋਲ ਕੀਤਾ। ਤੁਸੀਂ ਇਮੈਜਿਨ ਕਰੋ ਕਿ ਇੱਕ ਕੁੜੀ ਜਿਹੜੀ ਲੋਕਾਂ ਦੇ ਘਰਾਂ 'ਚ ਭਾਂਡੇ ਮਾਂਜਦੀ ਹੋਵੇ, ਅੱਜ ਉਹਨੇ ਇੰਨਾ ਕੁਝ ਪ੍ਰਾਪਤ ਕੀਤਾ ਅਤੇ ਅੱਜ ਇੱਕ ਲੈਕਚਰਰ ਦੀ ਪੋਸਟ 'ਤੇ ਵੀ ਪਹੁੰਚੀ ਹੈ ਔਰ ਇਹ ਘਰ ਦਰ ਨੇ ਬਣਾਇਆ। ਲੇਕਿਨ ਇਹ ਕੁਰਬਾਨੀ ਹੈ। ਮੈਂ ਚਾਹੁੰਦਾ ਕਿ ਸਰਕਾਰ ਜਿਹੜੀ ਹੈ, ਇੱਥੇ ਜਿੰਨੇ ਡਿਪਟੀ ਕਮਿਸ਼ਨਰ ਆਏ
ਸਾਰਿਆਂ ਨੇ ਇਹਦੀ ਝੋਲੀ 'ਚ ਮੈਡਲ ਪਾਇਆ, ਕਿਉਂਕਿ ਮੈਡਲ ਹਰ ਜਗ੍ਹਾ ਜਿੱਤਦੀ ਸੀ। ਕੋਈ ਈਵੈਂਟ ਨਹੀਂ ਪੰਜਾਬ ਪੱਧਰ ਦੀ, ਰਾਸ਼ਟਰੀ ਪੱਧਰ ਦੀ, ਇੰਟਰਰਾਸ਼ਟਰੀ ਪੱਧਰ ਦੀ। ਜੇ ਕਿਤੇ ਕਰੋਨਾ ਨਾ ਹੁੰਦਾ ਤਾਂ ਅੰਤਰਰਾਸ਼ਟਰੀ ਖੇਡਾਂ ਜਿਹੜੀਆਂ ਕੈਨੇਡਾ 'ਚ ਹੋ ਰਹੀਆਂ ਸੀ ਉਹਦੇ 'ਚ ਵੀ ਉਹਨੇ ਪਾਰਟੀਸਪੇਟ ਕਰਕੇ ਦੇਸ਼ ਵਾਸਤੇ ਕੋਈ ਮਾਣ ਖੱਟਣਾ ਸੀ। ਤੋ ਇਸ ਕੁੜੀ ਨੇ ਇੰਨਾ ਕੁਝ ਪ੍ਰਾਪਤ ਕੀਤਾ, ਵਾਹਿਗੁਰੂ ਇਹਨੂੰ ਹੋਰ ਮਾਣ ਬੁਲੰਦੀਆਂ ਔਰ ਇੱਜ਼ਤ ਬਖਸ਼ੇ। ਇਹਨੇ ਸਾਡੇ ਸ਼ਹਿਰ ਦਾ, ਪੰਜਾਬ ਦਾ ਮਾਣ ਵਧਾਇਆ। ਔਰ ਮੈਂ ਸਮਝਦਾ ਵੀ ਕੋਈ ਵੱਡੇ ਤੋਂ ਵੱਡਾ ਵੀ ਸਨਮਾਨ ਜਿਹੜਾ ਸਟੇਟ ਅਵਾਰਡ ਤਾਂ ਕੁਛ ਵੀ ਨਹੀਂ ਇਹਦੇ ਵਾਸਤੇ। ਇਸ ਕੁੜੀ ਨੂੰ ਦੇ ਕੇ ਸਾਨੂੰ ਇਹਦਾ ਹੌਸਲਾ ਵਧਾਉਣਾ ਚਾਹੀਦਾ। ਔਰ ਇਹਦੀਆਂ ਅੱਗੋਂ ਟ੍ਰੇਨਡ ਕੀਤੇ ਹੋਏ ਬੱਚੇ ਅੱਜ ਸੰਗਰੂਰ ਦੇ ਜਿਹੜੇ ਪੁਲਾਂ ਦੇ ਉੱਤੇ ਬੱਚਿਆਂ ਦੀਆਂ ਫੋਟੋਆਂ ਲੱਗੀਆਂ ਹਨ, ਉਹ ਇਸ ਕੁੜੀ ਦੇ ਤਿਆਰ ਕੀਤੀਆਂ ਹੋਈਆਂ, ਇਹਦੇ ਬਣਾਏ ਹੋਏ ਬੱਚੇ ਨੂੰ ਜਿਨ੍ਹਾਂ ਨੇ ਅੱਗੋਂ ਇਨਾਮ ਜਿੱਤਿਆ। ਤੋ ਸਰੋਜ ਰਾਣੀ ਸੰਗਰੂਰ ਦਾ, ਪੰਜਾਬ ਦਾ, ਦੇਸ਼ ਦਾ ਇੱਕ ਮਾਣ ਹੈ ਔਰ ਮਿਹਨਤ ਦੀ, ਕੁਰਬਾਨੀ ਦੀ, ਲਗਨ ਦੀ ਇੱਕ ਮਿਸਾਲ ਹੈ। ਐਸੇ ਬੱਚੇ ਕਦੇ ਕਦੇ ਧਰਤੀ 'ਤੇ ਪੈਦਾ ਹੁੰਦੇ। ਸੰਗਰੂਰ ਤੋਂ ਬਿਊਰੋ ਰਿਪੋਰਟ, ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਪੜ੍ਹਾਈ 'ਚ ਦਿਲ ਲੱਗਦਾ ਸੀ, ਨੰਬਰ ਚੰਗੇ ਆਉਂਦੇ ਸੀ, ਐਸੀ ਖੁੱਟੀ ਦੀ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਜੋ ਮਿਲਦੀ ਸੀ। ਬਾਪੂ ਮਜ਼ਦੂਰੀ ਕਰਦਾ, ਬੇਬੇ ਨੂੰ ਮਸਾਂ ਹੀ ਘਰਾਂ 'ਚ ਕੰਮ ਮਿਲਦਾ, ਪਰ ਮੈਂ ਖੁਸ਼ ਸੀ। 10ਵੀਂ 'ਚ ਸਾਈਕਲ ਮਿਲੂਗੀ ਅਤੇ ਪੋਸਟ ਮੈਟ੍ਰਿਕ ਐਸੀ ਵਜ਼ੀਫਾ ਵੀ। ਲੰਬੜਦਾਰਾ ਦੀ ਰਾਣੋ ਵਾਂਗ ਇੰਜੀਨੀਅਰ ਬਣਾਂਗੀ। ਪਰ ਸੁਪਨੇ ਸੁਪਨੇ ਹੀ ਰਹਿ ਗਏ। ਸਕਾਲਰਸ਼ਿਪ ਬੰਦ ਹੋ ਗਈ, ਸਕੂਲ ਛੁੱਟ ਗਿਆ, ਸਾਈਕਲ ਮਿਲੀ ਕੋਈ ਨਾ ਅਤੇ ਫੀਸ ਹੈ ਨਹੀਂ। ਹੁਣ ਮਾਂ ਨਾਲ ਘਰਾਂ 'ਚ ਕੰਮ ਕਰਨ ਜਾਂਦੀ ਹਾਂ, ਆ ਦਿੱਤਾ ਮੈਨੂੰ ਇਸ ਸਰਕਾਰ ਨੇ, ਹੁਣ ਨਹੀਂ। ਮੈਂ ਕਹਿ ਦਿੱਤਾ ਬਾਪੂ ਬੇਬੇ ਨੂੰ ਐਤਕੀ ਸਬਕ ਸਿਖਾਉਣਾ ਹੈ, ਵੋਟ ਪਾਉਣੀ ਉਹਨਾਂ ਨੂੰ ਜਿਹੜੇ ਸਮਝਣ ਸਾਡੇ ਦਰਦਾਂ ਨੂੰ।